खबर खन्ना तो है। खन्ना विच करोड़ा रुपए की लागत नाल बनाया सीवेज ट्रीटमेंट प्लांट भारी मीह अगे फेल साबित होया। इस प्लांट का गंदा पानी ओवरफ्लो होकर खेतों में दाखिल हो गया। किसानों की 50 एकड़ के करीब गोभी की फसल खराब हो गई। किसानों का कहना है कि कोई भी प्रशासनिक अधिकारी किसानों की साल लेने नहीं पहुंचा। किसानों ने खुद मोर्चा संभालिया तो जेसीबी नाल बन लाए। जेकर किसान राहत कार्य ना शुरू कर दे तो 7 पिंडों के किसानों की फसल तबाह हो जानी सी। पानी ओवरफ्लो होने नाल करीब 4 लाख रुपए का नुकसान होया। उत्थे गंदा पानी सूए के पानी विच भी मिक्स हो गया है जो खेतीबाड़ी और पीने लई भी वरत्या जाता है। ਕਿਤੀ ਕਿੱਲੇ ਜੀ ਖਰਾਬ ਹੋ ਗਏ। ਰਾਤ ਹੌਦੀ ਟੁੱਟ ਗਈ ਸੀਵਰੇਜ ਵਾਲੀ ਜੀ, ਇਹਦੇ ਨਾਲ 30-40 ਕਿੱਲੇ ਜਮ੍ਹਾਂ ਹੀ ਨੁਕਸਾਨੇ ਗਏ ਜੀ। ਗੋਭੀ ਦੇ 2-2 ਫੁੱਟ ਪਾਣੀ ਖੜਾ ਖੇਤਾਂ ਦੇ ਵਿੱਚ। ਅਤੇ ਹੌਦੀ ਕਿਹਦੇ ਵੱਲੋਂ ਬਣਾਈ ਗਈ ਇੱਥੇ? ਇਹ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਹੈ ਜੀ। ਮੀਂਹ ਨਾਲ ਵੀ ਕੋਈ ਅਸਰ ਹੋਇਆ ਇਹਦਾ? ਕੋਈ ਮੀਂਹ ਨਾਲ ਇਹਦਾ ਕੋਈ ਅਸਰ ਨਹੀਂ ਜੀ। ਇਹਦੀ ਵੀ ਰਿਪੇਅਰ ਨਹੀਂ ਹੋ ਰਹੀ। 1999 ਦੀ ਬਣੀ ਹੋਈ ਆ, ਉਦੋਂ ਬਾਅਦ ਹੌਦੀ ਕਿਸੇ ਨੇ ਨਹੀਂ ਦੇਖੀ, ਸਾਰੀ ਹੌਦੀ ਪਾੜ ਚੁੱਕੀ ਆ। ਮੰਗ ਕਰਦੇ ਹਾਂ ਸੀਵਰੇਜ ਪਲਾਟ ਵਾਲੇ ਸਾਨੂੰ ਮੁਆਵਜ਼ਾ ਦੇਣ, ਸਾਡੀ ਜਿੰਨੀ ਵੀ ਫਸਲ ਖਰਾਬ ਹੋਈ ਆ। ਇਹਨਾਂ ਨੇ ਪਿੱਛੇ HDPE ਪਲਾਂਟ ਲਾਇਆ, ਉਹਦੇ ਵਿੱਚ 4 ਮੋਟਰਾਂ ਲਾਤੀਆਂ। ਹੁਣ ਜਦੋਂ 4 ਮੋਟਰਾਂ ਦਾ ਪਾਣੀ ਇਹਦੇ ਵਿੱਚ ਛੱਡਦੇ ਆ, ਇਹ ਸਾਰਾ ਓਵਰਫਲੋ ਹੋ ਜਾਂਦੀ ਆ। ਕੱਲ੍ਹ ਆ ਜਿਹੜਾ ਮੇਨ ਹੌਦ ਸੀਗਾ ਇੱਥੇ, ਉਹ ਫਟ ਗਿਆ। ਉਹਦੇ ਫਟਣ ਕਰਕੇ ਜਿਹੜਾ ਪਾਣੀ ਆ ਸਾਡੇ ਖੇਤਾਂ ਦੇ ਵਿੱਚ ਭਰ ਗਿਆ। ਸਾਡੀ ਗੋਭੀ ਦੀ ਫਸਲ ਲਗਭਗ 50 ਕਿੱਲਿਆਂ ਦੇ ਕਰੀਬ ਬਰਬਾਦ ਹੋ ਚੁੱਕੀ ਆ, ਜਿਹਦੇ ਵਿੱਚ 2-2 ਫੁੱਟ ਪਾਣੀ ਖੜ੍ਹਾ। ਇਹਦਾ JVC ਮਸ਼ੀਨ ਬੁਲਾ ਕੇ ਅਸੀਂ ਇਹਦੇ ਉੱਤੇ ਮਿੱਟੀ ਲਵਾਈ ਆ। ਰਾਤ ਦੇ ਸਾਰੀ ਰਾਤ ਦੇ ਲੱਗੇ ਹੋਏ ਆ। ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਇੱਥੇ। ਸਭ ਨੂੰ ਫੋਨ ਕਰ ਲਏ, ਕੋਈ ਕਮੇਟੀ ਵਾਲਾ ਨਹੀਂ ਆਉਂਦਾ, ਕੋਈ ਪ੍ਰਧਾਨ ਨਹੀਂ ਆਉਂਦਾ, ਕੋਈ ਸਾਡੀ ਸੁਣਵਾਈ ਨਹੀਂ ਹੋਈ। HDPE ਤਾਂ ਹੁਣ ਨਿਊ ਲੱਗਿਆ ਪਲਾਂਟ, ਇਹਦੇ ਕਰਕੇ ਨਿਊ ਕੋਈ ਪ੍ਰੋਬਲਮ। ਇਹ ਤਾਂ ਹਜੇ ਲੱਗੇ ਨੂੰ 2 ਸਾਲ ਹੋਏ ਨੇ ਪਲਾਂਟ। ਪਾਈਪ ਵਗੈਰਾ ਫਟਿਆ? ਨਹੀਂ, ਪਾਈਪ ਕੋਈ ਨਹੀਂ ਫਟਿਆ ਸਰ। ਪਾਣੀ ਸੂਏ ਅਤੇ ਖੇਤਾਂ 'ਚ ਕਿਵੇਂ ਜਾ ਰਿਹਾ ਜੀ ਉਹ? ਖੇਤਾਂ 'ਚ ਤਾਂ ਸਰ ਵੀ ਹੁੰਦਾ ਕਈ ਵਾਰੀ ਚੁੱਕਣ ਨਾ ਵੀ ਵਿੱਚ ਆਪਣੇ, ਕਈ ਲੋਕ ਨੇ ਹੁਣ ਪਾਈਪਲਾਈਨ ਪਈ ਜਿਹੜੀ, ਇਹ ਪਾਈਪਲਾਈਨ ਦੇ ਵਿੱਚ ਚੁੱਕਣ, ਕਈਆਂ ਦੇ ਫਾਰਮ ਕੀਤੇ ਨੇ, ਡੇਅਰੀ ਫਾਰਮ ਵਗੈਰਾ, ਉਹਨਾਂ ਵਿੱਚ ਕਈਆਂ ਨੇ ਆਪਣੀ ਪਾਈਪਲਾਈਨ ਵਿੱਚ ਸਿੱਟੀ ਹੋਈ ਆ। ਉਹਦੇ ਵਿੱਚ ਫਿਰ ਗੋਹਾ ਵਗੈਰਾ ਜਾਂ ਘਰਾਂ ਦਾ ਹੋਰ ਕੋਈ ਸਿੱਧਾ ਗੰਦ ਮੰਦ ਜਾਂਦਾ, ਉਹਦੇ ਕੇ ਵਿੱਚ ਪਾਈਪਲਾਈਨ ਵਿੱਚ ਨਾ ਬਲੋਕੇਜ ਆ ਜਾਂਦੀ ਆ ਵਿੱਚ ਮਾੜੀ ਮੋਟੀ। ਉਹਦਾ ਕੇ ਥਲਕਾ ਪਾਣੀ ਬੈਕ ਧੱਕ ਮਾਰਨ ਲੱਗ ਜਾਂਦਾ, ਜਾਂ ਉਹਦਾ ਓਵਰਫਲੋ ਕੇ ਖੇਤਾਂ 'ਚ ਵੜ ਜਾਂਦਾ ਕਈ ਵਾਰ। ਸੋ ਭਾਰੀ ਮੀਂਹ ਦੇ ਕਾਰਨ ਲੋਕਾਂ ਦੀ ਫਸਲ ਬਰਬਾਦ ਹੋ ਗਈ। ਅੱਗੇ ਵਧਿਆਂ, ਰੋਜ਼ਾ ਸ਼ਰੀਫ ਸਰਹਿੰਦ ਵਿੱਚ ਹਜ਼ਰਤ ਸ਼ੇਖ ਅਹਿਮਦ ਮੁਜ਼ੱਦਦ ਅਲਫ ਸਾਨੀ ਦੀ ਯਾਦ ਵਿੱਚ 3 ਰੋਜ਼ਾ ਸਾਲਾਨਾ ਉਰਸ ਸ਼ੁਰੂ ਹੋ ਗਿਆ ਹੈ। ਮੀਂਹ ਦੇ ਬਾਵਜੂਦ ਦੂਰ ਦੁਰਾਡੇ ਤੋਂ ਸੰਗਤ ਇੱਥੇ ਪਹੁੰਚ ਰਹੀ ਹੈ। ਸ਼ਰਧਾਲੂਆਂ ਦੀ ਰਿਹਾਇਸ਼ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਇੰਤਜ਼ਾਮ ਕੀਤੇ ਗਏ ਨੇ। 409ਵਾਂ ਉਰਸ ਮੁਬਾਰਕ ਦਾ ਅੱਜ ਪਹਿਲਾ ਦਿਨ ਹੈ। ਅੱਜ ਬਾਅਦ ਨਮਾਜ਼ੇ ਇਸ਼ਾ ਜਿਹੜਾ ਹੈਗਾ ਮਿਲਾਦ ਸ਼ਰੀਫ ਦਾ ਪ੍ਰੋਗਰਾਮ ਹੋਏਗਾ, ਅਤੇ ਉਸ ਤੋਂ ਬਾਅਦ ਜੋ ਹੈ ਦੁਆ ਹੋਏਗੀ। ਇਸ ਇਲਾਵਾ ਜੋ ਹੈ ਤਾਰੀਨ ਅਲਹਮਦੁਲਿਲਾ ਪੂਰੀ ਭਾਰਤ ਤੋਂ ਜੋ ਹੈ ਇਸ ਵਕਤ ਜੋ ਹੈ ਆਪਣੇ ਭਾਰਤ ਦੇ ਮੁਖਤਲਿਫ ਸ਼ਹਿਰਾਂ ਤੋਂ ਜਿਹੜਾ ਹੈਗਾ ਲੋਕ ਇੱਥੇ ਕਾਫੀ ਤਾਦਾਦ ਦੇ ਅੰਦਰ ਲੋਕ ਆ ਰਹੇ ਨੇ, ਅਤੇ ਇਨਸ਼ਾਅੱਲਾ ਕੱਲ੍ਹ ਤੱਕ ਲੋਕਾਂ ਦੇ ਸ਼ਾਮ ਤੱਕ ਆਉਣਾ ਹੀ ਹੈ, ਅਤੇ ਉਮੀਦ ਹੈ ਕਾਫੀ ਗੈਦਰਿੰਗ ਹੋ ਜਾਏਗੀ। ਸਰ ਜੀ ਬੰਗਲਾਦੇਸ਼ ਤੋਂ ਲੋਕ ਆਏ ਨੇ ਰਾਮ ਆਪਣੇ ਇੱਥੇ ਲਖਨਊ ਤੋਂ, ਪੂਰਾ 1000 ਜਿਹੜੇ ਹੈਗੇ ਜਿਹੜੇ ਹਰ ਸਾਲ ਇੱਥੇ ਆਉਂਦੇ ਨੇ, ਆ ਕੇ ਇੱਥੇ ਕਿਰਾਤ ਕਰਦੇ ਨੇ, ਕੁਰਾਨ ਸ਼ਰੀਫ ਪੜ੍ਹਦੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਦੁਆ ਹੁੰਦੀ ਹੈ। ਤਕਰੀਬਨ 2 ਘੰਟੇ ਦਾ ਪ੍ਰੋਗਰਾਮ ਸਾਡਾ, 2-2.5 ਘੰਟੇ ਦਾ ਪ੍ਰੋਗਰਾਮ ਹੁੰਦਾ ਹੈ। ਅਤੇ ਹੁਣ ਤੁਹਾਨੂੰ ਮਿਲਵਾਉਂਦੇ ਹਾਂ ਬੇਜ਼ੁਬਾਨਾਂ ਦੇ ਮਸੀਹਾ ਦੇ ਨਾਲ।